ਨਹਿਰ ਦੇ ਵਿੱਚ ਨਹਾ ਰਹੇ ਤਿੰਨ ਲੋਕਾਂ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹਨਾਂ ਤਿੰਨਾਂ ਦੇ ਵਿੱਚ ਇੱਕ ਪਿੰਡ ਦਾ ਸਰਪੰਚ ਵੀ ਮੌਜੂਦ ਹੈ। ਤਾਂ ਦੱਸ ਦਈਏ ਕਿ ਤਿੰਨੋਂ ਹੀ ਵਿਅਕਤੀ ਨਹਿਰ ਦੇ ਵਿੱਚ ਨਹਾ ਰਹੇ ਸੀ, ਤਾਂ ਸਭ ਤੋਂ ਪਹਿਲਾਂ ਜਦੋਂ ਸਰਪੰਚ ਡੁੱਬਣਾ ਸ਼ੁਰੂ ਹੋਇਆ ਤਾਂ ਉਸ ਨੂੰ ਬਚਾਉਣ ਦੇ ਲਈ ਦੋਵਾਂ ਸ਼ਖਸਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕਿਹਾ ਜਾ ਰਿਹਾ ਕਿ ਅਚਾਨਕ ਹੀ ਪਾਣੀ ਦਾ ਤੇਜ਼ ਵਹਾਅ ਆਉਂਦਾ ਹੈ ਅਤੇ ਜਿਸ ਦੇ ਕਾਰਨ ਤਿੰਨੋਂ ਹੀ ਸ਼ਖਸ ਹੁਣ ਨਹਿਰ ਦੇ ਵਿੱਚ ਲਾਪਤਾ ਹੋ ਗਏ ਨੇ। ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੁਝ ਵੀ ਸੁਰਾਗ ਉਹਨਾਂ ਦਾ ਨਹੀਂ ਮਿਲਿਆ। ਤਾਂ ਦੱਸ ਦਈਏ ਕਿ ਬੀਤੇ ਸ਼ਾਮ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦਾ ਸਰਪੰਚ ਅਤੇ ਦੋ ਵਿਅਕਤੀ ਜਦੋਂ ਨਹਿਰ ਦੇ ਵਿੱਚ ਨਹਾ ਰਹੇ ਸੀ ਤਾਂ ਅਚਾਨਕ ਹੀ ਪਾਣੀ ਤੇਜ਼ ਆ ਗਿਆ, ਜਿਸ ਦੇ ਕਾਰਨ ਪਹਿਲਾਂ ਤਾਂ ਸਰਪੰਚ ਡੁੱਬਣ ਲੱਗਿਆ ਅਤੇ ਫਿਰ ਉਸ ਨੂੰ ਬਚਾਉਣ ਦੇ ਲਈ ਜਦੋਂ ਦੋ ਸ਼ਖਸਾਂ ਦੇ ਵੱਲੋਂ ਛਾਲ ਮਾਰੀ ਗਈ ਉਸ ਨੂੰ ਬਚਾਉਣ ਦੇ ਲਈ, ਤਾਂ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਦੇ ਵਿੱਚ ਇਹ ਤਿੰਨੋਂ ਹੀ ਲਾਪਤਾ ਹੋ ਗਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਿੰਡ ਦੇ ਸਰਪੰਚ ਨੂੰ ਬਚਾਉਣ ਦੇ ਲਈ ਦੋ ਸ਼ਖਸ ਵੀ ਨਹਿਰ ਦੇ ਵਿੱਚ ਲਾਪਤਾ ਹੋ ਗਏ ਨੇ। ਤਾਂ ਉਹਨਾਂ ਦੀ ਲਗਾਤਾਰ ਹੁਣ ਭਾਲ ਕੀਤੀ ਜਾ ਰਹੀ ਹੈ, ਗੋਤਾਖੋਰਾਂ ਦੀ ਟੀਮਾਂ ਨੂੰ ਮੌਕੇ 'ਤੇ ਤੈਨਾਤ ਕਰ ਦਿੱਤਾ ਗਿਆ ਪਰ ਹਾਲੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਤਾਂ ਦੱਸ ਦਈਏ ਕਿ ਇੱਕ ਪਿੰਡ ਦੇ ਸਰਪੰਚ ਦੇ ਵੱਲੋਂ ਜਦੋਂ ਨਹਿਰ ਦੇ ਵਿੱਚ ਜਾ ਕੇ ਨਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਉਹ ਡੁੱਬ ਜਾਂਦਾ ਅਤੇ ਉਸ ਨੂੰ ਬਚਾਉਣ ਦੇ ਲਈ ਜਦੋਂ ਦੋ ਸ਼ਖਸ ਜਾਂਦੇ ਨੇ ਤਾਂ ਉਹ ਵੀ ਨਾਲ ਹੀ ਰੁੜ ਜਾਂਦੇ ਨੇ। ਫਿਲਹਾਲ ਤਿੰਨੋਂ ਹੀ ਲਾਪਤਾ ਦੱਸੇ ਜਾ ਰਹੇ ਨੇ। ਬਟਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਖਬਰ ਤੋਂ ਸੇਧ ਵੀ ਜ਼ਰੂਰ ਲੈਣ ਦੀ ਲੋੜ ਹੈ ਕਿਉਂਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਕਦੇ ਬੱਚੇ ਕਦੇ ਜਵਾਨ ਜੋ ਨੇ ਨਹਿਰਾਂ ਨਦੀਆਂ ਅਤੇ ਸੂਇਆਂ ਦੇ ਵਿੱਚ ਜਾਂ ਫਿਰ ਸਵਿਮਿੰਗ ਪੂਲ ਦੇ ਵਿੱਚ ਜਾ ਕੇ ਡੁੱਬ ਜਾਂਦੇ ਨੇ, ਜਿਸ ਦੇ ਕਾਰਨ ਕੋਈ ਨਾ ਕੋਈ ਅਣਸੁੱਖਾ ਵੀ ਘਟਨਾ ਵਾਪਰ ਜਾਂਦੀ ਹੈ। ਤਾਂ ਇਸ ਖਬਰ ਤੋਂ ਸੇਧ ਲੈਣ ਦੀ ਲੋੜ ਹੈ ਕਿ ਜੇਕਰ ਕਿਸੇ ਨੂੰ ਗਰਮੀ ਲੱਗਦੀ ਵੀ ਹੈ ਤਾਂ ਘਰੇ ਵੀ ਨਹਾ ਕੇ ਠੰਡਕ ਜੋ ਹੈ ਉਹ ਲਈ ਜਾ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਨਹਿਰਾਂ ਨਦੀਆਂ ਅਤੇ ਸੂਇਆਂ ਦੇ ਵਿੱਚ ਸਵਿਮਿੰਗ ਪੂਲ ਦੇ ਵਿੱਚ ਹੀ ਜਾ ਕੇ ਆਨੰਦ ਲਿਆ ਜਾਵੇ, ਜਾਂ ਫਿਰ ਜੇ ਜਾਣਾ ਵੀ ਹੈ ਤਾਂ ਆਪਣੇ ਨਾਲ ਪ੍ਰੋਪਰ ਜੋ ਸੁਰੱਖਿਆ ਦੇ ਇੰਤਜ਼ਾਮ ਹੁੰਦੇ ਨੇ ਉਹ ਕੀਤੇ ਹੋਏ ਹੋਣੇ ਚਾਹੀਦੇ ਨੇ ਤਾਂ ਜੋ ਪਰਿਵਾਰ ਨੂੰ ਪਿੱਛੋਂ ਕਿਸੇ ਨੂੰ ਨਾ ਪਛਤਾਉਣਾ ਪਵੇ। ਸਾਨੂੰ ਸਾਡੇ ਸੱਤ ਵਜੇ ਦੇ ਮੌਕੇ ਪਤਾ ਲੱਗਾ ਅਤੇ ਅਸੀਂ ਆਏ ਹਾਂ ਉਹ ਸਾਡੇ ਉਹਨਾਂ ਨੂੰ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ। ਨਹਾਉਂਦਾ ਮਤਲਬ ਇੱਕ ਆਪ ਦੂਜਾ ਜਿਹੜਾ ਬਚਾਉਣ ਲੱਗਾ ਇਹ ਰੋੜੇ ਪੈ ਗਿਆ, ਦੂਜੇ ਨੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ, ਤੀਜਾ ਕਰਤਾਰ ਸਿੰਘ ਨੇ ਛਾਲ ਮਾਰੀ ਹੋਰ ਵੀ ਵਿੱਚ ਰੁੜ ਗਿਆ, ਚੌਥੇ ਦੇ ਵਿੱਚ ਛਾਲ ਮਾਰੀ ਮੁੜ ਕੇ ਉਹਨਾਂ ਨੂੰ ਮਤਲਬ ਬਚਾਇਆ ਗਿਆ ਜੇ ਪੱਗ ਸੁੱਟ ਗਈ। ਅਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਜੀ, ਅੰਮ੍ਰਿਤਸਰ ਐਸਡੀਓ ਸਾਹਿਬ ਨੂੰ ਰਿਕੁਐਸਟ ਕੀਤੀ, ਰਿਕੁਐਸਟ ਕਰਨ ਦੇ ਬਾਵਜੂਦ ਉਹਨਾਂ ਨੇ ਪਾਣੀ ਦਾ ਵਾਅ ਥੋੜ੍ਹਾ ਜਿਹਾ ਘਟਾ ਦਿੱਤਾ ਗਿਆ ਜੀ। ਹੁਣ ਸਾਰੇ ਅਸੀਂ ਇਲਾਕਾ ਨਿਵਾਸੀ ਪਿੰਡ ਭਾਰਤਵਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਰਹੇ, ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ। ਇਹ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਜਾਂ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ, ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਦੀ ਸਹਾਇਤਾ ਕੀਤੀ ਜਾਵੇ। 200 ਮੀਟਰ ਦੇ ਇਲਾਕੇ ਜਾ ਕੇ ਪੌੜੀਆਂ ਬਣਨੀਆਂ ਚਾਹੀਦੀਆਂ। ਪਿੰਡ ਦੇ 3 ਨੌਜਵਾਨ ਜੋ ਨਹਿਰ ਵਿੱਚ ਰੁੜ ਗਏ, ਉਹਨਾਂ 'ਚੋਂ ਕਰਤਾਰ ਸਿੰਘ ਸਨ ਆਫ ਬਜਨ ਸਿੰਘ ਅਤੇ
ਜਾਂ ਮੱਖਣ ਸਿੰਘ, ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ, ਜੋ ਕਿ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਆਪਣਾ ਰਣਵੀਰ ਸਿੰਘ, ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਅਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ, ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮੰਗਾਏ ਗਏ ਆ। ਆਸ ਹੈ ਕਿ ਸਾਨੂੰ ਕੁਝ ਟਾਈਮ ਵਿੱਚ ਉਹ ਵੀ ਮਿਲ ਜੂਗੀ।